ਐ ਨਾ ਦੋ ਦਿਨ ਪਹਿਲੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਆਂਦੀ ਏ ਛੋਟਾ ਜਿਹਾ ਬੱਚਾ ਇੰਜ ਨਾ ਆਪਣੇ ਬਾਪ ਦੀ ਕਬਰ ਤੇ ਬੈਠਾ ਹੋਇਆ ਕਬਰ ਨੂੰ ਇੰਜ ਕਰਕੇ ਨਾ ਹੱਥ ਮਾਰੀ ਜਾਵੇ ਤੇ ਨਾਲ ਕਹੀ ਜਾਂਦਾ ਬਾਬਾ ਘਰ ਆ ਜਾਵੋ ਬਾਬਾ ਘਰ ਵੱਲ ਆ ਜਾਵੋ ਬਾਬਾ ਤੁਹਾਡੀਆਂ ਦਵਾਈਆਂ ਵੀ ਮੈਂ ਪੂਰੀਆਂ ਕਰਾਂਗਾ ਬਾਬਾ ਤੁਹਾਨੂੰ ਰੋਟੀ ਵੀ ਲਿਆ ਕੇ ਮੈਂ ਖਿਲਾਇਆ ਕਰਾਂਗਾ ਬਾਬਾ ਘਰ ਵੱਲ ਆ ਜਾਵੋ ਉਹ ਨਿੱਕਾ ਜਿਹਾ ਬੱਚਾ ਆਪਣੇ ਬਾਪ ਦੀ ਕਬਰ ਦੇ ਉੱਤੇ ਬੈਠ ਕੇ ਰੋਈ ਜਾਂਦਾ ਯਾਰ ਅੱਜ ਆਪਣੇ ਬਾਪ ਨੂੰ ਗਾਲੀ ਕੱਢਦਿਆਂ ਤੂੰ ਸ਼ਰਮ ਕਿਉਂ ਨਹੀਂ ਖਾਂਦਾ ਅੱਜ ਆਪਣੇ ਬਾਪ ਨੂੰ ਬੁਰਾ ਕਹਿੰਦਿਆਂ ਤੈਨੂੰ ਗੈਰਤ ਕਿਉਂ ਨਹੀਂ ਆਉਂਦੀ ਓਏ ਘਰ ਮੇਰਾ ਹੋ ਗਿਆ ਸੁੰਨਾ ਸੁੰਨਾ ਸਜਦਾ ਨਹੀਂ ਮੌਤ ਨੇ ਖੋਲਿਆ ਬਾਪ ਮੇਰਾ ਜੀ ਲੱਗਦਾ ਨਹੀਂ ਲਾਡ ਮੁਹੱਬਤ ਪਲ ਪਲ ਚੇਤੇ ਆਉਂਦੇ ਨੇ ਵੇ ਬਾਬ ਦੇ ਵਾਂਗੂ ਸੜਾ ਨੂੰ ਕੋਈ ਵੀ ਕੱਜਦਾ ਨਹੀਂ ਵੇ ਮੌਤ ਨੇ ਖੋਲਿਆ ਬਾਬ ਮੇਰਾ ਜੀ ਲੱਗਦਾ ਨਹੀਂ ਵੇ ਬਾਬ ਦੀ ਸ਼ਫਕਤ ਵੇ ਬਾਬ ਦੀ ਸ਼ਫਕਤ ਜਦ ਤੱਕ ਸਰ ਤੇ ਰਹਿੰਦੀ ਏ ਸੋ ਰੱਬ ਦੀ ਕੋਈ ਵੀ ਬੁਰੀ ਨਜ਼ਰ ਵੀ ਪਾਉਂਦਾ ਨਹੀਂ ਓਏ ਮੌਤ ਨੇ ਖੋਲਿਆ ਬਾਬ ਮੇਰਾ ਜੀ ਲੱਗਦਾ ਨਹੀਂ ਅਗਰ ਮਾਂ ਜ਼ਿੰਦਾ ਤੇ ਬਾਬਾ ਜ਼ਿੰਦਾ ਇਹ ਹੱਥ ਬਣ ਕੇ ਕਹਾਂਗਾ ਵੀਰ ਜੀ ਕੋਈ ਵੀ ਬੰਦਾ ਕਿਸੇ ਦੂਸਰੇ ਦੇ ਸਾਹਮਣੇ ਹੱਥ ਨਹੀਂ ਬਣਦਾ ਮੈਂ ਕਿਉਂ ਬਣਨਾ ਪਿਆ ਵੀਡੀਓ ਕੈਮਰਾ ਵੀ ਚੱਲ ਰਿਹਾ ਪੂਰੀ ਦੁਨੀਆਂ ਨੂੰ ਪਤਾ ਚੱਲਦਾ ਹੱਥ ਬਣ ਕੇ ਕਹਿੰਦਾ ਯਾਰ ਤੇਰਾ ਮੁਆਸ਼ਰਾ ਬਹੁਤ ਹੀ ਗੰਦਾ ਹੋ ਚੁੱਕਿਆ ਅੱਜ ਤੂੰ ਆਪਣੇ ਬਾਪ ਦੀ ਕਦਰ ਨਹੀਂ ਨਾ ਕਰੇਗਾ ਰੱਬੇ ਕਾਬਾ ਦੀ ਕਸਮ ਉਠਾ ਕੇ ਕਹਿੰਦਾ ਤੇਰੀ ਔਲਾਦ ਵੀ ਨਹੀਂ ਕਰੇਗੀ।